بسم الله الرحمن الرحیم آج دا پروگرام ویکھن والے سارے دوستان السلام علیکم بزرگ کہندے سی پھس کے جان شکنجے اندر تے جوں ویلن وچ ملنا اج جڑے موضوع تے گل کرن لگے ہاں وہ ہے سبزی کریلا کریلے سارے ملک چ عام نے ਮੌਸਮੀ ਸਬਜ਼ੀ ਇਹਦੇ ਬੇਸ਼ੁਮਾਰ ਫਾਇਦੇ ਜਿਹੜਾ ਸ਼ੇਰ ਮੋਲਿਆ ਉਹ ਮੀਆਂ ਮੁਹੰਮਦ ਬਖਸ਼ ਦਾ ਅਤੇ ਸ਼ੂਗਰ ਦੇ ਮਰੀਜ਼ ਦੇ ਫਸ ਜਾਂਦਾ ਸ਼ੂਗਰ ਦੇ ਮਰੀਜ਼ਾਂ ਵਾਸਤੇ ਕਰੇਲਾ ਇੱਕ ਨਿਮਤ ਹੈ ਸਾਡਾ ਮੌਸਮੀ ਫਲ ਹੈ ਇਹਦਾ ਅਚਾਰ ਬਣਾ ਲਓ ਇਹਨੂੰ ਕਰੇਲੇ ਪਕਾ ਕੇ ਖਾਓ ਤੁਹਾਨੂੰ ਬਹੁਤ ਬੇਸ਼ੁਮਾਰ ਫਾਇਦੇ ਹੋਣਗੇ ਸ਼ੂਗਰ ਦੇ ਮਰੀਜ਼ਾਂ ਵਾਸਤੇ ਦਿਲ ਦੇ ਮਰੀਜ਼ਾਂ ਵਾਸਤੇ ਜਿਨ੍ਹਾਂ ਨੂੰ ਮੌਸਮੀ ਫਲ ਫਿਣਸੀਆਂ ਫੋੜੇ ਖਾਰਿਸ਼ ਉਹਨਾਂ ਵਾਸਤੇ ਇਸ ਤੋਂ ਇਲਾਵਾ ਮੋਟੇ ਬੰਦਿਆਂ ਵਾਸਤੇ ਜਿਨ੍ਹਾਂ ਦੇ ਪੱਠਿਆਂ ਦੀ ਤਕਲੀਫ ਹੈ ਜਿਨ੍ਹਾਂ ਨੂੰ ਉਹਨਾਂ ਵਾਸਤੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਦਮਾ ਹੈ ਨਜ਼ਰਾ ਹੈ ਜ਼ੁਕਾਮ ਹੈ ਉਹਨਾਂ ਵਾਸਤੇ ਗੁਰਦੇ ਦੀ ਪੱਥਰੀ ਵਾਸਤੇ ਇਹ ਫਾਇਦੇਮੰਦ ਕੁਛ ਵੀ ਨਹੀਂ ਕਰਨਾ ਸੁਬਹਾ ਉੱਠੋ ਕਰੇਲੇ ਨੂੰ ਚੀਰੋ ਛਿੱਲੋ ਰਾਤ ਨੂੰ ਤਰੇੜ 'ਚ ਰੱਖੋ ਸਵੇਰੇ ਗ੍ਰਹਿਣ ਕਰੋ ਉਹਦੇ ਬੀਜ ਕੱਢ ਲਓ ਉਹਦਾ ਜੂਸ ਕੱਢੋ ਗ੍ਰੈਂਡਰ 'ਚ ਲਓ ਕੱਪੜੇ 'ਚ ਪੁੱਟ ਕੇ ਇੱਕ ਗਲਾਸ ਰੋਜ਼ ਪੀ ਲਓ ਸੁਬਹਾ ਨਾਲ ਦਿਲ ਕਰੇ ਤੇ ਵਿੱਚ ਇੱਕ ਨਿੰਬੂ ਨਿਚੋੜ ਲਓ ਜੇ ਨਾ ਦਿਲ ਕਰੇ ਤੇ ਨਾ ਨਿਚੋੜ ਲਓ ਉਵੇਂ ਹੀ ਪੀ ਲਓ ਇਹਨੂੰ ਦਵਾਈ ਸਮਝ ਕੇ ਪੀਓ ਕੜਵਾ ਥੋੜ੍ਹਾ ਹੁੰਦਾ ਹੈ ਪੀ ਲਓ ਇੱਕ ਕੱਪ ਨਹੀਂ ਪੀ ਸਕਦੇ ਅੱਧਾ ਕੱਪ ਪੀ ਲਓ ਜਿਸ ਤਰ੍ਹਾਂ ਤੁਹਾਡੀ ਤਬੀਅਤ ਨਾਲ ਮੈਚ ਕਰੇ ਫਿਰ ਤੁਸੀਂ ਇਹਦੇ ਨਾਲ ਜ਼ਿਆਦਾ ਪੀ ਲਓ ਕੱਪ ਪੀ ਲਓ ਇਹ ਮੌਸਮ ਪੂਰਾ ਜ਼ਿੰਦਗੀ ਦਾ ਹਿੱਸਾ ਬਣਾ ਲਓ ਪੀਂਦੇ ਰਹੋ ਇਸ ਤੋਂ ਇਲਾਵਾ ਜਿਹੜੇ ਛਿਲਕੇ ਉਹ ਜਿਹੜਾ ਆਪਣਾ ਨਿਚੋੜ ਲਿਆ ਤੁਸੀਂ ਬਾਅਦ ਵਿੱਚ ਜਿਹੜੇ ਕਰੇਲੇ ਨੇ ਉਹਨਾਂ ਨੂੰ ਕੀ ਕਰਨਾ ਉਹਨਾਂ ਨੂੰ ਖੁਸ਼ ਕਰ ਲਓ ਖੁਸ਼ ਕਰਕੇ ਉਹਦਾ ਪੌਡਰ ਬਣਾ ਕੇ ਰੱਖ ਲਓ ਨਹੀਂ ਖੁਸ਼ ਕਰਦੇ ਉਹਨਾਂ ਨੂੰ ਪਕਾ ਲਓ ਉਹਦਾ ਫਾਇਦਾ ਹੀ ਫਾਇਦਾ ਜਿਹੜੇ ਮਰੀਜ਼ ਫਿਣਸੇ ਫਿਣਸੀਆਂ ਫੋੜੇ ਵਾਲੇ ਨੇ ਉਹ ਵੀ ਇਹਨੂੰ ਪੀਣ ਉਹਦਾ ਕਾਵਾ ਬਣਾਓ ਜੇ ਉਹਦੇ ਵਿੱਚ ਜਿਹੜਾ ਤੁਸੀਂ ਪਾਊਡਰ ਬਣਾਇਆ ਉਹਨੂੰ ਦੋ ਚਮਚੇ ਸੁੱਟੋ ਕਾਵਾ ਬਣਾਓ ਜੂਸ ਪੀਣਾ ਚਾਹੁੰਦੇ ਜੇ ਇਹਨਾਂ ਨੂੰ ਛਿੱਲੋ ਛਿੱਲ ਕੇ ਚੀਰ ਲਓ ਚੀਰ ਕੇ ਪੀ ਕਰ ਲਓ ਰਾਤ ਨੂੰ ਸਵੇਰ 'ਚ ਰੱਖੋ ਸਵੇਰੇ ਉਹਨੂੰ ਕੂਲਰ ਲਈ ਰਗੜ ਲਓ ਨਹੀਂ ਕੂਲਰ ਲਈ ਰਗੜਨਾ ਗ੍ਰੈਂਡਰ 'ਚ ਰਗੜ ਲਓ ਰਗੜ ਕੇ ਉਹਦਾ ਜੂਸ ਬਣਾਓ ਤੁਸੀਂ ਪੀਵੋ ਕੌੜਾ ਲੱਗਦਾ ਥੋੜ੍ਹਾ ਬਹੁਤ ਬਾਅਦ 'ਚ ਮਿੱਠੀ ਚੀਜ਼ ਖਾ ਲਓ ਸਟ੍ਰੋਬਰੀ ਖਾ ਲਓ ਮਲੂਸ ਖਾ ਲਓ ਮੇਰ ਖਾ ਲਓ ਫਰੂਟ ਖਾਓ ਸ਼ਹਿਦ ਨਾਲ ਇਸਤੇਮਾਲ ਕਰੋ ਖਾਸ ਕਰਕੇ ਜਿਹੜੇ ਸ਼ੂਗਰ ਦੇ ਮਰੀਜ਼ ਨੇ ਜਿਹਨਾਂ ਨੂੰ ਸ਼ੂਗਰ ਚਿੰਬੜ ਗਈ ਉਹ ਨਾ ਕਰਨ ਇਸਤੇਮਾਲ ਕੋਸ਼ਿਸ਼ ਕਰਨਾ ਕਰੇਲਿਆਂ ਸਾਰਾ ਸੀਜ਼ਨ ਦੇ ਵਿੱਚ ਖਾਣ ਇੱਕ ਦਿਨ ਦੋ ਦਿਨ ਛੱਡ ਕੇ ਪਕਾ ਕੇ ਖਾਂਦੇ ਰਹਿ ਜੂਸ ਰੋਜ਼ ਸਵੇਰੇ ਗਲਾਸ ਇੱਕ ਕੱਪ ਰੋਜ਼ ਪੀ ਇਨਸ਼ਾਅੱਲਾ ਅੱਲਾਹ ਦੇ ਹੁਕਮ ਦੇ ਨਾਲ ਇਨਸੁਲਿਨ ਵੀ ਘਟਣੀ ਸ਼ੁਰੂ ਹੋ ਜਾਏਗੀ ਉਹਦਾ ਜਿਹੜਾ ਪੁਰਜਾ ਹੈ ਲੱਭ ਲੱਭਾ ਹੈ ਜਿਹਨੂੰ ਕਹਿੰਦੇ ਹਾਂ ਅਸੀਂ ਸ਼ੂਗਰ ਵਾਲਾ ਉਹਦੀ ਸੋਜੇ ਠੀਕ ਹੋ ਜਾਏਗੀ ਉਹ ਇਨਸੁਲਿਨ ਬਣਾਉਣੀ ਸ਼ੁਰੂ ਕਰਦਾ ਦਵਾਈਆਂ ਤੋਂ ਜਾਣ ਛੁੱਟੇਗੀ ਇਵੇਂ ਜਿਹੜੇ ਦਿਲ ਦੇ ਮਰੀਜ਼ ਨੇ ਉਹਨਾਂ ਦਾ ਦਿਲ ਦਾ ਕੋਲੈਸਟਰੋਲ ਲੈਵਲ ਕਰੇਲੇ ਵਾਲਾ ਸਹੀ ਹੋ ਜੂਸ ਪੀਂਦੇ ਰਹੋ ਇਹਦੇ ਨਾਲ ਮੋਟਾਪਾ ਘਟਣਾ ਸ਼ੁਰੂ ਹੋ ਜਾਏ ਰੱਬ ਦੀ ਕਿਹੜੀ ਕਿਹੜੀ ਚੀਜ਼ ਕਿਹੜੀ ਕਿਹੜੀਆਂ ਨਿਯਮਤਾਂ ਨੂੰ ਰੱਬ ਦੀਆਂ ਨੂੰ ਜਟਾਓਗੇ ਵੇਖੋ ਇਹ ਮੌਸਮੀ ਫਲ ਨੇ ਇਹਦੀਆਂ ਜੜ੍ਹਾਂ ਦਾ ਫਾਇਦਾ ਇਹਨਾਂ ਦੇ ਬੀਜਾਂ ਦਾ ਫਾਇਦਾ ਇਹਨਾਂ ਦੇ ਜਿਹੜੇ ਨਾ ਛਿਲਕਾ ਤੋਂ ਛਿਲਣੇ ਆ ਉਹਨਾਂ ਦਾ ਵੀ ਫਾਇਦਾ ਇੱਕ ਚੀਜ਼ ਨਹੀਂ ਇਹਦੇ 'ਚ ਹਰ ਚੀਜ਼ ਦਾ ਫਾਇਦਾ ਇਹਦਾ ਪਾਊਡਰ ਨੇ ਉਹਨੂੰ ਦੋ ਚਮਚੇ ਸ਼ਹਿਦ ਦੇ ਮਿਲਾ ਕੇ ਰਾਤ ਨੂੰ ਰੋਜ਼ ਲਵੋ ਤੁਹਾਡੇ ਸਾਰੀਆਂ ਨਾਲੀਆਂ ਠੀਕ ਹੋ ਜਾਣਗੀਆਂ ਤੁਹਾਨੂੰ ਦਮੇ ਦਾ ਮਸਲਾ ਉਹ ਬਿਹਤਰ ਹੋਣਾ ਸ਼ੁਰੂ ਹੋ ਜਾਣਾ ਖਾਂਸੀ ਆ ਗਈ ਉਹ ਬਿਹਤਰ ਹੋਣੀ ਸ਼ੁਰੂ ਹੋ ਜਾਏ ਫੋੜੀਆਂ ਫਿਣਸੇ ਨੇ ਬੱਚਿਆਂ ਨੂੰ ਸ਼ਹਿਦ ਬਣਾ ਕੇ ਦਿਓ ਉਹਨਾਂ ਨੇ ਫੋੜੀਆਂ ਫਿਣਸੀਆਂ ਠੀਕ ਹੋ ਜਾਣ ਅੱਲਾਹ ਦੀ ਜ਼ਾਤ ਦੇ ਕੁਦਰਤ ਦਾ ਤੋਹਫਾ ਹੈ ਸਾਡੇ ਵਾਸਤੇ
ਮੈਂ ਤਾਂ ਸਿਰਫ ਇੱਕ ਹੀ ਗੱਲ ਕਹੀ ਹੈ ਨਾ ਤੁਹਾਨੂੰ ਕਿ ਪੈਪਸੀ ਬਰਗਰ ਸ਼ਵਾਰਮੇ ਇਹ ਉਹ ਗੱਲ ਪਤਾ ਛੱਡ ਦਿਓ, ਕੁਦਰਤੀ ਚੀਜ਼ਾਂ ਵੱਲ ਆ ਜਾਓ, ਡਾਕਟਰਾਂ ਦੀਆਂ ਫੀਸਾਂ ਨੂੰ ਬਚ ਜਾਓਗੇ, ਬਿਮਾਰੀਆਂ ਨੂੰ ਬਚ ਜਾਓਗੇ, ਅੱਲਾ ਇਜਾਜ਼ ਦਾ ਤੁਹਾਡੇ 'ਤੇ ਖਾਸ ਕਰਮ ਆ ਜਾਏਗਾ। ਇਹ ਕੁਦਰਤੀ ਚੀਜ਼ਾਂ ਨੇ, ਇਹ ਰੱਬ ਨੇ ਸਾਡੇ ਵਾਸਤੇ ਬਣਾਈਆਂ ਨੇ। ਕੋਈ ਚੀਜ਼ ਅੱਲਾ ਇਜਾਜ਼ ਨੇ ਐਸੀ ਨਹੀਂ ਬਣਾਈ ਜਿਹਦਾ ਫਾਇਦਾ ਨਾ ਹੋਵੇ, ਅਸੀਂ ਕੰਮ ਕਰਾ ਅਸੀਂ ਸਮਝ ਨਹੀਂ ਸਕੇ। ਅੱਜ ਰਿਸਰਚ ਕਰਨੇ ਆ, ਲੋਕ ਰਿਸਰਚ ਕਰਦੇ ਨੇ, ਮੈਂ ਤਾਂ ਉਹ ਗੱਲਾਂ ਦੱਸਦਾ ਜਿਹੜੀਆਂ ਮੇਰੇ ਤਜਰਬੇ ਦੇ ਵਿੱਚ ਆਈਆਂ ਨੇ, ਜਿਹੜੀਆਂ ਮੈਂ ਇਸਤੇਮਾਲ ਕਰਨਾ, ਇੱਥੇ ਦੋਸਤਾਂ ਨੂੰ ਦੱਸਣਾ ਵੀ ਹੈ ਤੁਸੀਂ ਇਸਤੇਮਾਲ ਕਰੋ। ਉਹ ਚੀਜ਼ਾਂ ਨਹੀਂ, ਉਹ ਚੀਜ਼ਾਂ ਲੈਣੀਆਂ ਜੇ ਰਿਸਰਚ ਕਰੋ, ਇਹਦੇ ਤੁਹਾਨੂੰ ਉਹ ਲੱਖੋਂ ਚੀਜ਼ਾਂ ਮਿਲਣਗੀਆਂ, ਕੋਈ ਫੇਕ ਹੋਣਗੀਆਂ, ਕੋਈ ਸਹੀ ਹੋਣਗੀਆਂ। ਮਗਰ ਅੱਜ ਵੀ ਕਿਸੇ ਧੀਮ ਕੋਲੋਂ ਚਲੇ ਜਾਓ ਦਵਾਈ ਲੈ, ਤੁਹਾਨੂੰ ਇਹ ਨਹੀਂ ਦੱਸੇਗਾ ਜੂਸ ਪੀਆ ਕਰੋ ਫਾਇਦੇਮੰਦ। ਕਿਸੇ ਡਾਕਟਰ ਕੋਲ ਚਲੇ ਜਾਓ, ਉਹ ਨਹੀਂ ਦੱਸੇਗਾ, ਮਗਰ ਵੀਡੀਓ ਬਣਾਉਣਾ ਸੁੱਟੀ ਜਾਣ ਕਾਹਦੇ ਵਾਸਤੇ। ਜਾਂ ਤਾਂ ਫਾਇਦਾ ਤਾਂ ਹੀ ਹੈ ਨਾ ਇਨਸਾਨੀਅਤ ਦੀ ਖਿਦਮਤ ਕਰਨੀ ਜੇ, ਅਤੇ ਜਿਹੜਾ ਮਰੀਜ਼ ਤੁਹਾਡੇ ਕੋਲ ਆਉਂਦਾ ਉਹਨੂੰ ਸਮਝਾਓ ਕਿ ਭਾਈ ਇਹ ਚੀਜ਼ਾਂ ਤੈਨੂੰ ਫਾਇਦੇ ਆ ਵੀ ਇਹ ਚੀਜ਼ਾਂ ਨੂੰ ਪਰਹੇਜ਼ ਕਰ ਹੈ ਖਾ। ਵੈਸੇ ਤਾਂ ਰੱਬ ਦੀ ਜਿੰਨੀਆਂ ਹਲਾਲ ਚੀਜ਼ਾਂ ਨੇ ਮੁਸਲਮਾਨ ਵਾਸਤੇ ਸਾਰੀਆਂ ਖਾ ਸਕਦੇ, ਸਿਰਫ ਜ਼ਿਆਦਤੀ ਬੁਰੀ ਥੋੜ੍ਹਾ ਖਾਓ। ਜੂਸ ਵੀ ਪੀਣਾ, ਇਹ ਨਹੀਂ ਵੀ ਆਪਾਂ ਦਿਹਾੜੀ 3 ਵਜੇ ਪੀਣਾ, 2 ਵਜੇ ਪੀਣਾ, ਇੱਕ ਪੀ ਲਓ ਹੁਣ ਤਾਂ ਫਾਇਦਾ ਹੋਵੇਗਾ, ਦਵਾਈਆਂ ਘੱਟ ਜਾਣਗੀਆਂ, ਦਵਾਈਆਂ ਤੋਂ ਬਚ ਜਾਓਗੇ। ਅਤੇ ਜਦੋਂ ਉਹਦਾ ਫਾਇਦਾ ਤੁਹਾਨੂੰ ਹੋਵੇਗਾ ਤਾਂ ਡਾਕਟਰ ਦੀਆਂ ਫੀਸਾਂ ਤੋਂ ਵੀ ਬਚੋਗੇ। ਚਲੋ ਡਾਕਟਰ ਦੀਆਂ ਫੀਸਾਂ ਬਦਲਣਾ ਬਚੋਗੇ ਤਾਂ ਬਾਬੇ ਦੀ ਫਿਰ ਇਹ ਗੱਲ ਯਾਦ ਰੱਖੋ, ਉਹਨਾਂ ਫੀਸਾਂ ਦਾ ਅੱਧ, ਉਹਨਾਂ ਟੈਸਟਾਂ ਦਾ ਅੱਧ ਆਪਣੇ ਇਰਦ ਗਿਰਦ ਕਮਸਾਏ ਨੂੰ, ਰਿਸ਼ਤੇਦਾਰ ਨੂੰ, ਜੀਵ ਨੂੰ, ਜਿਹੜਾ ਗਰੀਬ ਹੈ ਜ਼ਰੂਰਤਮੰਦ ਹੈ, ਉਹਨੂੰ ਇਸ ਤਰੀਕੇ ਨਾਲ ਦਿਓ ਕਿ ਦੂਜੇ ਕੰਨ ਨੂੰ ਖਬਰ ਨਾ ਹੋਵੇ, ਦੂਜੇ ਹੱਥ ਨੂੰ ਪਤਾ ਨਾ ਲੱਗੇ, ਜ਼ਹਿਰੀ ਨੁਮਾਇਸ਼ ਨਾ ਕਰੋ, ਔਰ ਇਨਸ਼ਾਅੱਲਾ ਤੁਹਾਨੂੰ ਸ਼ਫਾ ਵੀ ਹੋਵੇਗੀ ਔਰ ਤੁਹਾਡਾ ਆਖਬਤ ਵੀ ਸੋਵੇਗੀ। ਅੱਲਾ ਜੀ ਦੀ ਰਜ਼ਾ ਨੂੰ ਖੁਸ਼ ਰੱਖੋਗੇ ਅਤੇ ਇਨਸ਼ਾਅੱਲਾ ਤੁਹਾਡੀ ਆਖਬਤ ਸੋ। ਬਜ਼ੁਰਗ ਕਹਿੰਦੇ ਫਸ ਗਈ ਜਾਨ ਸ਼ਿਕੰਜੇ ਅੰਦਰ ਅਤੇ ਜੋ ਇਹਨਾਂ ਵਿੱਚ ਗੰਨਾ, ਅਤੇ ਰਹੋ ਲੋਕਾਂ ਜੇ ਰਹੋ ਮੁਹੰਮਦ, ਜੇ ਅੱਜ ਰਵੇ ਤਾਂ ਮੰਨਾ, ਅਖੀਰ ਅਸੀਂ ਉੱਥੇ ਹੀ ਜਾਣਾ। ਉਸ ਤੋਂ ਇਲਾਵਾ ਸਾਡਾ ਜੋ ਵੀ ਤੁਸੀਂ ਅੱਲਾ ਇਜਾਜ਼ ਵਾਸਤੇ ਕਰੋਗੇ ਤਾਂ ਉਹਦਾ ਅੱਜ ਅੱਲਾ ਇਜਾਜ਼ ਤਾਂ ਦੇਸ਼ ਦੁਨੀਆਂ ਨਹੀਂ ਦੇਵੇਗੀ, ਅੱਗੇ ਵੀ ਦੇਵੇ। ਕਰਕੇ ਤਾਂ ਵੇਖੋ, ਸਿਰਫ ਇੱਕ ਕੰਮ ਕਰੋ, ਕਿਸੇ ਦੀ ਮਦਦ ਕਰੋ ਅਤੇ ਕਿਸੇ ਨੂੰ ਪਤਾ ਨਾ ਲੱਗੇ, ਉਹਦੀ ਇੱਜ਼ਤ ਮਜਰੂਰ ਆਵੇ, ਉਹਦੀ ਇੱਜ਼ਤ ਨਫ਼ਰਤ ਮਜਰੂਰ ਆਵੇ, ਸਹਿਰੀ ਨੁਮਾਇਸ਼ ਨਾ ਕਰੋ। ਉਹ ਸਾਡੇ ਤਾਕਤਵਰ ਬੜੇ ਕਰਦੇ ਨੇ, ਉਹਨਾਂ ਨੂੰ ਕਰਨ ਦਿਓ। ਆਪਣਾ, ਆਪਣੇ ਬਿਰਦਾਂ ਨੂੰ, ਸਾਰਿਆਂ ਦੋਸਤਾਂ ਦਾ, ਅਜ਼ੀਜ਼ੋ ਘਰ ਦਾ ਖਾਸ ਖਿਆਲ ਰੱਖੋ। ਅੱਲਾ ਜਿਹਾ ਤੁਹਾਨੂੰ, ਮੈਨੂੰ, ਸਾਰਿਆਂ ਨੂੰ ਬੁਰੇ ਕੰਮਾਂ ਤੋਂ ਬਚਾਵੇ ਅਤੇ ਅੱਛੇ ਕੰਮ ਕਰਨ ਦੀ ਤਫੀਕ ਦੇਵੇ। ਆਪ ਅਸਲਾਮ ਵਾਲੇ।